वाहिगुरु जी का खालसा वाहिगुरु जी की फतेह। गुरु प्यारे तो इस सब आखो भी जानते हो कि जो दा लुधियाणा विच गुरु नानक दे नाम दा मोती खाना खुलिया है ते लोकां नूं सुख दा साह आया है क्योंकि लोकां नूं बहुत ही सस्ते मुल्लां उत्ते दवाइयां उत्थे मिलदियां ने। पर बहुत सारे लोग बहुत सारियां ताकतां अजिहियां ने जो लगातार इस जोर ला रही ने कि यह बाबे नानक दा मोती खाना आखिर बंद किता होवे। देखो जदों जगदीप रंधावा पहुंचे लुधियाणा मोती खाना ते बलजिंदर सिंह जिंदू दे नाल उन्हां ने की गलबात कीती है ते की सुनेहा दिता संगत नूं। बाई दियां फोटोआं वायरल करी जांदियां वी लीडरां नाल फोटोआं यार खिचाई जाण दे कितना मर्जी फोटोआं होण पहलां दियां फोटोआं पर अज देखो बाई की कर रिहा है। इक तां एजुकेशन लुट इक मेडिकल लुट इन्हां ने तां जमी मारते। अज आ कोर्ट दा फैसला आ गया कहिंदे वी लॉकडाउन च स्कूल बंद सी फुल फीसां दिओ। भरावो अज कल लोकां दा सिस्टम इह होया पिआ जिवें हुण मैं कह दियां बई जिहड़ा मोदी खाना बंद करूगा मैं तां दबड़ी खाना दिखाऊं, जिहड़ा जिंदू बाई नूं हत्थ लाऊ मैं तां ऐ कर दूं जा कर दूं, पर मौके ते ऐ नहीं पता मैं वी भाजा। ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਪਹੁੰਚੇ ਹਾਂ ਬਾਈ ਬਲਜਿੰਦਰ ਸਿੰਘ ਜਿੰਦੂ ਕੋਲੇ ਲੁਧਿਆਣੇ ਅਤੇ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਤੋਂ ਜਿਹੜਾ ਰੌਲਾ ਪੈ ਰਿਹਾ ਹੈਗਾ ਇਹ ਮੈਡੀਕਲ ਮਾਫੀਆ ਜਿਹੜਾ ਹਾਵੀ ਹੋ ਗਿਆ ਪੰਜਾਬ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ। ਇਹਨਾਂ ਨੇ ਬਹੁਤ ਭੈੜੀ ਲੁੱਟ ਕਸੁੱਟ ਮਚਾਈ ਵੀ ਆ। ਜੇ ਬਾਈ ਨਾ ਬੋਲਦਾ ਇਹਨੇ ਐਂ ਕੰਮ ਚੱਲੀ ਜਾਣਾ ਸੀ, ਪਰ ਹੁਣ ਸਾਰੇ ਪੰਜਾਬ ਨੂੰ ਅਪੀਲ ਇਹ ਕਰਦੇ ਹਾਂ ਕਿ ਬਾਈ ਨਾਲ ਇਕੱਲਾ ਇਕੱਲਾ ਜਿਹੜਾ ਫੇਮਸ ਬੰਦਾ ਬਾਈ ਨਾਲ ਉਹ ਵੀ ਖੜੋ ਅਤੇ ਪੰਜਾਬ ਵੀ ਸਾਰਾ ਖੜੇ। ਜੇ ਕਹੋ ਨਾ ਬਾਈ ਇਕੱਲਾ ਬਾਈ ਜਿੰਦੂ ਹੀ ਤੁਹਾਨੂੰ ਸਾਰਾ ਕੁਛ ਐਂ ਪਰੋਸ ਕੇ ਦੇ ਦੂ ਰੋਟੀ, ਇਹ ਗੱਲ ਨਹੀਂ ਚੱਲਣੀ। ਜੇ ਬਾਈ 'ਤੇ ਕੋਈ ਆਫਤ ਆਉਂਦੀ ਆ ਜਿਵੇਂ ਬਾਈ ਕਹਿੰਦਾ ਹੁਣ ਮੋਦੀਖਾਨਾ ਬੰਦ ਕਰਨ ਨੂੰ ਫਿਰਦੇ ਆ ਜਾਂ ਪਰਚਾ ਪਾਉਣ ਨੂੰ ਫਿਰਦੇ ਆ, ਤਾਂ ਉਦੋਂ ਬਾਈ ਨੇ ਫਿਰ ਕੁਛ ਨਹੀਂ ਕਰ ਸਕਦਾ, ਸਾਰਾ ਪੰਜਾਬ ਬਾਈ ਦੇ ਨਾਲ ਖੜੋ। ਅਤੇ ਇਹ ਤੁਹਾਨੂੰ ਬੇਨਤੀਆਂ ਕਰਦਾ ਵੀ ਤਾਂ ਮੈਂ ਪਹੁੰਚਿਆ ਬਾਈ ਦੀ ਸਪੋਰਟ ਕਰਨ ਦਿਲੋਂ ਪਹੁੰਚਾਂਗਾ। ਭਰਾਵੋ ਅੱਜ ਕੱਲ੍ਹ ਲੋਕਾਂ ਦਾ ਸਿਸਟਮ ਇਹ ਹੋਇਆ ਪਿਆ ਜਿਵੇਂ ਹੁਣ ਮੈਂ ਕਹਿ ਦਿਆਂ ਬਈ ਜਿਹੜਾ ਮੋਦੀਖਾਨਾ ਬੰਦ ਕਰੂਗਾ ਮੈਂ ਤਾਂ ਦਬੜੀ ਖਾਨਾ ਦਿਖਾਊਂ, ਜਿਹੜਾ ਜਿੰਦੂ ਬਾਈ ਨੂੰ ਹੱਥ ਲਾਊ ਮੈਂ ਤਾਂ ਐਂ ਕਰ ਦੂੰ ਜਾ ਕਰ ਦੂੰ, ਪਰ ਮੌਕੇ 'ਤੇ ਐਂ ਨਹੀਂ ਪਤਾ ਮੈਂ ਵੀ ਭਾਜਾ। ਠੀਕ ਹੈ, ਅੱਜ ਕੱਲ੍ਹ ਲੋਕਾਂ ਦੀ ਮਾਨਸਿਕਤਾ ਬਾਈ ਜੇ ਹੁਣ ਬਾਈ ਨੇ ਇਹ ਕੰਮ ਕਰਤਾ, ਹੁਣ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾਗਾ, ਇਹ ਲੋਕ ਨਾ ਸ਼ੁਰੂ ਤੋਂ ਬੰਦੇ ਦੀਆਂ ਲੱਤਾਂ ਖਿੱਚਦੇ, ਜ਼ਿਆਦਾਤਰ ਫੇਸਬੁੱਕ ਦੇ ਵਿਦਵਾਨ ਇੰਨੇ ਉੱਠ ਖੜੇ ਉਹਨਾਂ ਨੇ ਬਹੁਤ ਜ਼ਿਆਦਾ ਗੰਦ ਪਾ ਰਿਹਾ। ਬਾਈ ਦੀਆਂ ਫੋਟੋਆਂ ਵਾਇਰਲ ਕਰੀ ਜਾਂਦੇ ਆ ਵੀ ਲੀਡਰਾਂ ਨਾਲ ਫੋਟੋਆਂ ਯਾਰ ਖਿਚਾਈ ਜਾਣ ਦੇ ਕਿਤੇ ਨਾ ਮਰਜ਼ੀ ਫੋਟੋਆਂ ਹੁਣ ਪਹਿਲਾਂ ਦੀਆਂ ਫੋਟੋਆਂ, ਪਰ ਅੱਜ ਦੇਖੋ ਬਾਈ ਕੀ ਕਰ ਰਿਹਾਗਾ, ਫੋਟੋਆਂ ਪਿੱਛੇ ਚੱਲੀ ਜਾਂਦੇ ਆ। ਉਹ ਭਰਾਵੋ ਕਿਸੇ ਨੂੰ ਤਾਂ ਕੰਮ ਚੰਗਾ ਕਰ ਲੈਣ ਦੇ, ਪਹਿਲਾਂ ਤੁਸੀਂ ਅਗਲੇ ਦਾ ਨੈਗੇਟਿਵ ਪੁਆਇੰਟ ਫੜ ਲੈਂਦੇ ਹੋ। ਮੈਂ ਆ ਜੇ ਮੈਂ ਚੰਗਾ ਕੰਮ ਕਰਦਾ ਪਹਿਲਾਂ ਮੇਰਾ ਘਰ ਲਾ ਪਿਛਲਾ ਸਮਾਨ ਉਹ ਕੱਢਣ ਗਿਆ, ਇਹ ਨਹੀਂ ਦੇਖਦੇ ਬੰਦਾ ਅੱਜ ਕੀ ਕਰ ਰਿਹਾ। ਪਹਿਲਾਂ ਠੀਕ ਆ ਜੋ ਕੁਛ ਬਾਈ ਦੀਆਂ ਫੋਟੋਆਂ ਯਾਰ ਉਹ ਗੱਲਾਂ ਤੁਸੀਂ ਛੱਡੋ, ਅੱਜ ਬਾਈ ਕੀ ਕਰ ਰਿਹਾ ਹੈਗਾ, ਬਾਈ ਦੀ ਅੱਜ ਕੀ ਸੋਚ ਆ। ਜੇ ਬਾਈ ਅੱਜ ਮੈਡੀਕਲ ਮਾਫੀਆ ਨੂੰ ਨਾ ਹੱਥ ਪਾਉਂਦਾ ਨਾ ਤੁਹਾਨੂੰ ਪਤਾ ਹੀ ਸੀ ਵੀ ਤੁਹਾਡੀ ਸਾਰੀ ਉਮਰ ਐਂ ਲੁੱਟ ਹੋਈ ਜਾਣੀ ਸੀਗੀ। ਉਹ ਜਿਵੇਂ ਉਹ ਰਾਜੇ ਵਾਲੀ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਆਪਾਂ ਨੂੰ ਤਾਂ ਇਹਨਾਂ ਨੇ ਗਧੇ ਬਣਾ ਲਿਆ, ਲੀਡਰਾਂ ਨੇ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਆਪਣੇ ਨਾਲ, ਇੱਕ ਤਾਂ ਐਜੂਕੇਸ਼ਨ ਲੁੱਟ ਇੱਕ ਮੈਡੀਕਲ ਲੁੱਟ ਇਹਨਾਂ ਨੇ ਤਾਂ ਜਮੀ ਮਾਰਤੇ। ਅੱਜ ਆ ਕੋਰਟ ਦਾ ਫੈਸਲਾ ਆ ਗਿਆ ਕਹਿੰਦੇ ਵੀ ਲੋਕਡਾਊਨ 'ਚ ਸਕੂਲ ਬੰਦ ਸੀ ਫੁੱਲ ਫੀਸਾਂ ਦਿਓ। ਕਿਉਂ ਯਾਰ ਕਮਾਲ ਆ, ਜੇ ਹੁਣ ਮੈਂ ਸਾਲਟ 200 ਦੀ ਲਊਂਗਾ ਤਾਂ ਫੇਰ ਹੀ 200 ਦੇਊਂਗਾ, ਤੁਹਾਨੂੰ ਯਾਰ ਬੰਦ ਪਏ ਸਕੂਲਾਂ ਤੋਂ ਅਸੀਂ ਫੀਸਾਂ ਦੇ ਦਈਏ, ਇੰਨਾ ਯਾਰ ਧੱਕਾ। ਫਿਰ ਕਹਿੰਦਾ ਯਾਰ ਮੁੰਡੇ ਕੈਨੇਡਾ ਅਮਰੀਕਾ ਇੰਗਲੈਂਡ ਭੱਜਦੇ ਆ। ਆ ਮੈਂ ਲੀਡਰਾਂ ਨੂੰ ਸਵਾਲ ਕਰਨਾ ਚਾਹੁੰਦਾ ਵੀ ਭਰਾਵੋ ਜੇ ਤੁਸੀਂ ਐਂ ਲੁੱਟ ਮਾਰ ਐਂ ਧੱਕਾ ਕਰੀਏ ਕੋਈ ਪ੍ਰਸ਼ਾਸਨ ਨਾਂ ਦੀ ਚੀਜ਼ ਨਾ ਰਹੀ, ਲੋਕ ਇੱਥੋਂ ਭੱਜ ਰਹੇ, ਤੁਸੀਂ ਲੈਕਚਰ ਕਿਤੇ ਦਿਓਗੇ ਨਸ਼ੇ ਨਾਲ ਮੁੰਡੇ ਮਾਰ ਰਹੇ ਆ, ਤੁਸੀਂ ਫਿਰ ਤਾਂ ਜਾ ਕੇ ਐਂ ਕਰੋ ਵੀ ਬੋਰਡਾਂ ਥੱਲੇ ਖੜ ਕੇ ਉੱਥੇ ਕੰਧਾਂ ਨਾਲ ਲੈਕਚਰ ਦਈਓ, ਪਿੰਡਾਂ 'ਚ ਤਾਂ ਕੋਈ ਮੁੰਡਾ ਰਹਿਣੀ ਨਹੀਂ, ਇੰਨੀ ਬੁਰੀ ਹਾਲਤ ਕਰਤੀ। ਬਾਕੀ ਬਾਈ ਜਿੰਦੂ ਦੀ ਮੈਂ ਪੂਰੀ ਦਿਲੋਂ ਸਪੋਰਟ ਕਰਦਾ, ਬਾਈ ਦੇ ਨਾਲ ਖੜਾ, ਅੱਧੀ ਰਾਤ ਫੋਨ ਮਾਰੇ ਆਊਂਗਾ ਅਤੇ ਬਾਈ ਦਾ ਮੋਦੀਖਾਨਾ ਆਪਾਂ ਬੰਦ ਨਹੀਂ ਹੋਣ ਦੇਣਾ। ਅਤੇ ਇੱਕ ਕੁਛ ਗੱਲਾਂ ਬਾਈ ਹੋਰ ਕਹਿਣਾ ਹੈਗਾ, ਅੱਜ ਕੱਲ੍ਹ ਨਾ ਹੁਣ ਅੱਜ ਮੈਂ ਦੇਖਿਆ ਫੇਸਬੁੱਕ 'ਤੇ ਹਰੇਕ ਹੀ ਲਿਖ ਜਾਂਦਾ ਬਾਈ ਮੈਂ ਵੀ ਮੋਦੀਖਾਨਾ ਨਾਂ ਰੱਖਤਾ, ਮੈਂ ਵੀ ਰੱਖਤਾ, ਉਹ ਗੱਲ ਨਾ ਹੋਵੇ ਵੀ ਮੇਰੇ ਵਰਗਾ ਮੈਡੀਕਲ 'ਤੇ ਨਸ਼ਾ ਵੇਚੀ ਨਾ ਉੱਤੇ ਮੋਦੀਖਾਨਾ ਲਿਖ ਦੇ। ਇਹ ਬਾਈ ਨੂੰ ਮੈਂ ਕਹਿਣਾ ਚਾਹੁੰਦਾ ਵੀ ਬਾਈ ਇੰਟਰਵਿਊ 'ਚ ਆਦਾ ਦੱਸ ਵੀ ਤੁਸੀਂ ਕਿਹੜੇ ਹਿਸਾਬ ਨਾਲ ਪੰਜਾਬ 'ਚ ਮੋਦੀਖਾਨਾ ਖਿਲਾਓਗੇ, ਕਿਵੇਂ ਤੁਹਾਡਾ ਸਿਸਟਮ ਚੱਲੂ, ਉਹ ਬਾਈ ਸਾਰੀਆਂ ਇਸ ਤੋਂ ਬਾਅਦ ਗੱਲਾਂ ਬਾਤਾਂ ਕਰੋ। ਧੰਨਵਾਦ ਕਰਦਾ ਜੀ ਮੈਂ ਜਗਦੀਪ ਰੰਧਾਵਾ ਬਾਈ ਸਰ। ਇਹ ਮੇਰਾ ਵੀਰ ਜਗਦੀਪ ਰੰਧਾਵਾ, ਜਦੋਂ ਕਦੇ ਘਰ ਬੈਠ ਕੇ ਇਹਨੂੰ ਸੁਣਦੇ ਹੁੰਦੇ ਸੀ, ਮੈਂ ਵੀ ਬਹੁਤ ਸੁਣਿਆ, ਅਤੇ ਮੇਰੇ ਮਨ 'ਚ ਆਉਂਦਾ ਹੁੰਦਾ ਸੀ ਯਾਰ ਇਕੱਲਾ ਹੀ ਲੱਗਿਆ ਹੋਇਆ, ਸੱਚੀ ਗੱਲ ਕਰਦਾ ਹੈ, ਬਿਲਕੁਲ ਕਲੀਅਰ ਕਰਦਾ ਹੈ। ਸੋ ਅੱਜ ਮਨ ਨੂੰ ਖੁਸ਼ੀ ਹੈ ਵੀ ਜਦੋਂ ਇੱਕ ਲਹਿਰ ਗੁਰੂ ਰਾਮਦਾਸ ਪਾਤਸ਼ਾਹ ਨੇ ਬਣਾਈ ਹੈ ਉਹਦੇ ਵਿੱਚ ਜਗਦੀਪ ਰੰਧਾਵੇ ਵਰਗੇ, ਪ੍ਰਭਜੋਤ ਜੋਤੀ ਵਰਗੇ ਵੀਰ ਨਾਲ ਖੜ੍ਹੇ ਹੈ, ਅਤੇ ਸਿੱਖ ਵੈਲਫੇਅਰ ਕੌਂਸਲ ਦੀ ਉਹ ਟੀਮ ਜਿਹਦੇ ਬਲ ਬੂਤੇ 'ਤੇ ਅੱਜ ਇਹ ਦਿਨ ਦੇਖਣ ਨੂੰ ਮਿਲਿਆ। ਸਾਰੀ ਟੀਮ ਭਾਵੇਂ ਗੁਰਿੰਦਰਜੀਤ ਪ੍ਰਿੰਸ ਆ, ਭਾਵੇਂ ਤਰਨਜੋਤ ਹੈ, ਹੋਰ ਵੀ ਵੀਰ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈਂਦਾ, ਸਾਰਿਆਂ ਦੇ ਬਲ ਬੂਤੇ 'ਤੇ ਅੱਜ ਇਹ ਦਿਨ ਆਇਆ। ਮੈਂ ਇੱਕ ਗੱਲ ਕਹਿੰਦਾ, ਗੁਰੂ ਨਾਨਕ ਮੋਦੀ ਖਾਨਾ ਇਹ ਸਵਾਲ ਦੁਕਾਨ ਦਾ ਨਹੀਂ, ਇੱਥੇ ਮਸਲਾ ਸੋਚ ਦਾ ਹੈ। ਸੋਚ ਗੁਰੂ ਨਾਨਕ ਸਾਹਿਬ ਦੀ ਹੈ 13-13 ਤੋਲਣ ਦੀ, ਸੋਚ ਜ਼ੁਲਮ ਅਤੇ ਝੂਠ ਨਾਲ ਲੜਨ ਦੀ ਹੈ। ਅਸੀਂ ਚਾਹੁੰਦੇ ਕੀ ਹਾਂ, ਸਾਡੀ ਮੰਗ ਕੀ ਹੈ ਵੀ ਜਿਹੜਾ ਹੁਣ ਇਹ ਦਵਾਈਆਂ ਦੀ ਗੱਲ ਚੱਲੀ ਹੈ ਵੀ ਦਵਾਈਆਂ 'ਚ ਲੁੱਟ ਖਸੁੱਟ ਹੈ ਯਾਰ ਇਹ ਬੰਦ ਕਰ ਦਿਓ,
ਹੁਣ ਜਦੋਂ ਅਸੀਂ ਤਿੰਨ ਜਾਂ ਚਾਰ ਚੀਜ਼ਾਂ ਉਦਾਹਰਣ ਦੇ ਤੌਰ 'ਤੇ ਵੀਡੀਓ 'ਚ ਦਿਖਾਈਆਂ, ਤੁਸੀਂ ਸਾਰਿਆਂ ਉਹਨੂੰ ਪਿਆਰ ਕੀਤਾ, ਧੰਨਵਾਦ ਹੈ ਸਾਰਿਆਂ ਦਾ। ਹੁਣ ਉਹ ਚੀਜ਼ਾਂ ਪ੍ਰੋਡਕਟ ਤਾਂ ਮੇਰੇ ਕੋਲ 640 ਨੇ, ਹੁਣ ਇਹ ਚਾਹੁੰਦੇ ਆ ਵੀ ਸਾਰੇ ਪ੍ਰੋਡਕਟ ਦਿਖਾਉਂਦਾ, ਮੈਂ ਸਾਰੇ ਵਿਖਾ ਦਿੰਦਾ, ਚਿੰਤਾ ਨਾ ਕਰਨ। ਸਾਰੇ ਪ੍ਰੋਡਕਟ ਇਕੱਲਾ ਇਕੱਲਾ ਸੋਸ਼ਲ ਮੀਡੀਏ 'ਤੇ ਉਹਦਾ ਪ੍ਰਿੰਟ ਰੇਟ, ਉਹਦਾ ਪਰਚੇਜ਼ ਰੇਟ ਵਾਇਰਲ ਕਰਾਂਗਾ, ਅਤੇ ਤੁਹਾਨੂੰ ਬੇਨਤੀ ਆ ਤੁਸੀਂ ਵੀ ਵਾਇਰਲ ਕਰਿਆ ਜੀ, ਇਹਨਾਂ ਦੇ ਮਨ ਦੇ ਚਾਅ ਇਹ ਵੀ ਪੂਰੇ ਕਰ ਦਿਆਂਗੇ। ਦੂਸਰੀ ਗੱਲ ਇਹ ਵੇ ਵੀ ਵਾਰ ਵਾਰ ਕਹਿੰਦੇ ਆ ਵੀ ਅਸੀਂ ਇਹ ਕੰਮ ਕਰਨ ਨਹੀਂ ਦੇਣਾ, ਸੋ ਉਹਨਾਂ ਨੇ ਅੱਜ ਇੱਕ ਚਾਲ ਚੱਲੀ ਹੈ ਵੀ ਸਾਡੀ ਦਵਾਈ ਜਿਹੜੀ ਕਿ ਲੁਧਿਆਣਾ ਹੋਲਸੇਲ ਮਾਰਕੀਟ ਤੋਂ ਆਉਂਦੀ ਸੀ ਟੋਟਲੀ ਬੰਦ ਕਰਤੀ ਹੈ। ਸਾਡਾ ਨੌਜਵਾਨ ਦਵਾਈ ਲੈਣ ਗਿਆ, ਗੁਰਸਿੱਖ ਬੰਦਾ ਉਹਦੇ ਨਾਲ ਧੱਕਾ ਕਰਕੇ ਉਹਨਾਂ ਨੇ ਉੱਥੋਂ ਮੋੜਤਾ ਹੈ, ਅਤੇ ਜਿਹੜਾ ਉਹਨੂੰ ਮੈਂ ਪੁੱਛਿਆ ਵੀ ਤੇਰੇ ਨਾਲ ਹਾਥਾਪਾਈ ਤਾਂ ਨਹੀਂ ਕੀਤੀ, ਉਹ ਕਹਿੰਦਾ ਨਹੀਂ ਪਰ ਮੈਨੂੰ ਅਬਿਊਜ਼ ਕੀਤਾ ਹੈ, ਅਤੇ ਉਹ ਕਹਿੰਦਾ ਵੀ ਤੁਹਾਨੂੰ ਦੁਕਾਨ ਜਿਹੜੀ ਚੱਲ ਰਹੀ ਹੈ ਇਹ ਵੀ ਬੰਦ ਕਰਾਉਣੀ। ਸੋ ਚਲੋ ਇਹ ਚੀਜ਼ਾਂ ਸਾਡੇ ਨਾਲ ਹੋਣੀਆਂ ਸੀ। ਗੱਲ ਇਹ ਵੀ ਜਦੋਂ ਬੰਦਾ ਸੱਚ ਦੀ ਗੱਲ ਕਰੇਗਾ ਨਾ ਤਾਂ ਉਹਦੇ ਨਾਲ ਇਹ ਮੁਸ਼ਕਲਾਂ ਆਉਣੀਆਂ ਹੀ ਹੁੰਦੀਆਂ ਨੇ। ਹੁਣ ਇੱਥੇ ਗੱਲ ਪਤਾ ਕੀ ਹੈ, ਲਹਿਰ ਬਣ ਗਈ, ਲੜਾਈ ਸ਼ੁਰੂ ਹੋ ਗਈ, ਪਰ ਸਵਾਲ ਇੱਥੇ ਨਵਾਂ ਇਹ ਆ ਗਿਆ ਵੀ ਕਿੰਨਾ ਚਿਰ। ਹਾਂ ਬਾਈ, ਇਹ ਤਾਂ ਨਾ ਪਹਿਲੀ ਗੱਲ ਇਹੀ ਮੈਂ ਦੁਬਾਰੇ ਫਿਰ ਬੋਲਣਾ ਚਾਹੁੰਦਾ ਬਾਈ, ਲੱਖਾ ਸਦਾਣਾ ਸਾਡੇ ਨਾਲ, ਅਸੀਂ ਉੱਧਰ ਜਾ ਕੇ ਨਾ ਜਿੰਦਾ ਲਾਤਾ ਸਾਹਨੇ ਵਾਲੇ ਸਕੂਲ 'ਚ, ਉੱਥੇ ਮੈਡਮ ਧੱਕਾ ਕਰ ਰਹੀ ਸੀ ਜਵਾਕਾਂ ਨਾਲ, ਉੱਥੇ ਜਦੋਂ ਅਸੀਂ ਜਾ ਕੇ ਜਿੰਦਾ ਲਾਤਾ ਸਾਡੇ ਨਾਲ 5-7 ਦਿਨ ਲੋਕ ਤਾਂ ਪੂਰੇ ਚੱਲੇ ਨਾਲ ਵੀ ਸਾਡੇ ਬੱਚਿਆਂ ਦਾ ਭਵਿੱਖ ਆਏ ਆ, ਜਾ ਮੈਡਮ ਨੂੰ ਆਪਾਂ ਇੱਥੇ ਡੱਕਰਨਾ, ਇਹ ਤਾਂ ਭ੍ਰਿਸ਼ਟ ਆ। ਇਦੋਂ ਬਾਅਦ 20-25 ਦਿਨਾਂ ਬਾਅਦ ਸਾਡੇ 'ਤੇ ਕਰਤਾ ਪਰਚਾ, ਆਪ ਉਹ ਲੋਕ ਉੱਡ ਗਏ। ਅਸੀਂ ਹਜੇ ਵੀ ਸਰਦੂਲਗੜ੍ਹ ਤਰੀਕਾਂ ਭੁਗਤੀ ਜਾਂਦੇ, 1.5 ਸਾਲ ਹੋ ਗਏ, ਲੋਕ ਘਰੇ ਆਪਦੇ ਭੱਜ ਕੇ ਕਹਿੰਦੇ ਸਾਡੇ ਤਾਂ ਬੱਚਿਆਂ ਦਾ ਤਾਂ ਲੱਖੇ ਵਰਗੇ ਸਾਲ ਖਰਾਬ ਕਰਨ ਆਏ ਸੀ, ਐਵੇਂ ਆ ਕੇ 100 ਕਿਲੋਮੀਟਰ ਵੱਧ ਤੋਂ ਚੱਲ ਕੇ ਅੱਜ ਫਿਰ ਉਹਨਾਂ ਦੇ ਬੱਚੇ ਉੱਥੇ ਪੜ੍ਹੀ ਜਾਂਦੇ ਆ। ਇਹੀ ਗੱਲ ਬਾਈ ਤੁਹਾਨੂੰ ਕਹਿਣਾ ਵੀ ਇਹ ਲੋਕ ਇਹੋ ਜਿਹੇ ਆ ਵੀ ਪਹਿਲੀ ਗੱਲ ਤਾਂ ਇਹਨਾਂ ਨੂੰ ਪਰਮਾਤਮਾ ਇਹਨਾਂ ਦੀ ਮੱਤ ਸਹੀ ਰੱਖੇ, ਵੀ ਇਹਨਾਂ ਦਾ ਇਹ ਨਹੀਂ ਪਤਾ ਵੀ ਬਾਈ ਇਕੱਲਾ ਜਿੰਦੂ ਰਹਿ ਜੇ ਬਾਕੀ ਸਾਰੇ ਭੱਜਣ, ਇਕੱਲੀਆਂ ਬਸ ਹੁਣੀ ਚੀਕਾਂ ਵਾਲੇ ਹੋਣ। ਮੈਂ ਤਾਂ ਇਹ ਲੋਕਾਂ ਨੂੰ ਕਹਿਣਾ ਵੀ ਜੇ ਹੁਣ ਬਾਈ ਨੇ ਐਡੀ ਲਹਿਰ ਚਲਾਈ ਤਾਂ ਬਾਈ ਦੇ ਨਾਲ ਖੜੋ ਯਾਰ, ਇਹ ਜੇ ਲਹਿਰ ਹੁਣ ਬੰਦ ਹੋ ਗਈ ਤੋਂ ਬਾਅਦ ਮੈਡੀਕਲ ਦੇ ਵਿਰੁੱਧ ਕੋਈ ਨਹੀਂ ਬੋਲਣ ਵਾਲਾ ਰਹਿਣਾ, ਕਿਉਂਕਿ ਲੋਕ ਹੰਭ ਜਾਂਦੇ ਯਾਰ, ਅਗਲਾ ਕਹਿੰਦਾ ਜਦੋਂ ਉਦੋਂ ਨਹੀਂ ਕੁਛ ਬਣਿਆ ਹੁਣ ਕੀ ਬਣਨਾ, ਫਿਰ ਲੋਕ ਹੰਭ ਕੇ ਬਹਿ ਜਾਂਦੇ ਘਰੇ। ਇੱਕ ਨਾ ਹਰ ਚੀਜ਼ ਦੇ ਵਿੱਚੋਂ ਜਦੋਂ ਇੱਕ ਪੋਜ਼ਿਟਿਵਿਟੀ ਨਿਕਲਦੀ ਆ ਨਾਲ ਨੈਗੇਟਿਵਿਟੀ ਨਿਕਲਦੀ ਆ। ਹੁਣ ਅੱਜ ਮੀਡੀਆ ਆਪਣੀ ਗੱਲ ਨੂੰ, ਮੈਂ ਨਹੀਂ ਕਹਿੰਦਾ ਮੇਰੀ ਗੱਲ ਨੂੰ, ਸਾਡੇ ਸਾਰਿਆਂ ਦਾ ਸਾਂਝਾ ਮੁੱਦਾ ਹੈ। ਹੁਣ ਇਹ ਵੀਰ ਅਕਾਲੀ ਦਲ ਤੋਂ ਹੈ, ਹੁਣ ਕਈ ਕਹਿਣਗੇ ਯਾਰ ਇਹ ਅਕਾਲੀ ਦਲ ਦੀ ਪ੍ਰਮੋਸ਼ਨ ਹੈ, ਮੈਂ ਇਹ ਨਹੀਂ ਪੁੱਛਦਾ ਤੁਸੀਂ ਇੱਥੇ ਅਕਾਲੀ ਦਲ ਕਰਕੇ ਆਏ ਜੇ ਵੀਰ। ਦੇਖੋ ਜੀ, ਮੈਂ ਤਾਂ ਤੁਹਾਡੇ ਕੰਮ ਕਰਕੇ ਆਇਆ, ਵੀ ਲੋਕਾਂ ਦੀ ਭਲਾਈ ਹੋ ਰਹੀ ਉਹਦੇ ਕਰਕੇ ਆਇਆ। ਸੋ ਮੈਂ ਇੱਥੇ ਗੱਲ ਕਿਹੜੀ ਕਹਿਣੀ ਚਾਹੁੰਦਾ ਵੀ ਇਹ ਸਾਡਾ ਯਾਰ ਭਾਈਚਾਰਾ, ਕੋਈ ਕਿਸੇ ਪਾਰਟੀ ਨਾਲ ਜੁੜਿਆ, ਪਰ ਇਹ ਤਾਂ ਨਹੀਂ ਵੀ ਅਸੀਂ ਜੇ ਬੰਦਾ ਸੋਸ਼ਲ ਕੰਮ ਕਰ ਨਹੀਂ ਸਕਦਾ, ਪਹਿਲਾਂ ਤਾਂ ਇਹੀ ਸਵਾਲ ਪੁੱਛਿਆ, ਪੋਲੀਟੀਕਲ ਕਰ ਸਕਦਾ, ਸੋਸ਼ਲ ਕੰਮ ਨਹੀਂ ਕਰ ਸਕਦਾ ਜੀ। ਹੁਣ ਜੇ ਅਸੀਂ ਪੋਲੀਟੀਕਲ ਮੰਨ ਲਓ ਵੀਰ, ਸਾਡਾ ਇੱਕ ਅਹੁਦੇਦਾਰ ਆ, ਸਾਨੂੰ ਖੁਸ਼ੀ ਆ ਯਾਰ ਸਾਡਾ ਭਰਾ ਚੰਗੇ ਅਹੁਦੇ 'ਤੇ ਰਹਿ ਕੇ ਲੋਕਾਂ ਦੀ ਸੇਵਾ ਕਰ ਰਿਹਾ। ਸੋ ਨੈਗੇਟਿਵਿਟੀ ਅਤੇ ਪੋਜ਼ਿਟਿਵਿਟੀ ਦੀ ਗੱਲ ਮੈਂ ਕਰਦਾ, ਹੁਣ ਗੱਲ ਕੀ ਹੈ ਵੀ ਜਦੋਂ ਇੱਕ ਪੋਜ਼ਿਟਿਵਿਟੀ ਨਿਕਲੀ ਲੋਕਾਂ 'ਚ ਅਵੇਅਰਨੈਸ ਆ ਗਈ, ਜਦੋਂ ਦਵਾਈਆਂ ਲੈਣ ਜਾਓ ਬਿੱਲ ਮੰਗੋ, ਅਗਲੇ ਨੂੰ ਕੋਈ ਕੱਚੀ ਪਰਚੀ ਦੇ ਦੇ ਜੇ ਪੱਕੀ ਨਹੀਂ ਦੇਣੀ, ਲਿਖ ਕੇ ਦੇ ਕਿਹੜੀ ਜੈਨਰਿਕ ਹੈ, ਕਿਹੜੀ ਐਥੀਕਲ ਹੈ, ਕਿਹਦੇ 'ਤੇ ਕਿੰਨੀ ਕਿੰਨੀ ਲੈਸ ਦੇ ਰਹੇ ਹੈ, ਫਿਰ ਉਹਨੂੰ ਘਰ ਆ ਕੇ ਅਸੀਂ ਉਹ ਵਾਇਰਲ ਕਰਾਂਗੇ, ਜੈਨਰਿਕ ਪ੍ਰੋਡਕਟ ਦੀ ਲਿਸਟ ਉਹਨੂੰ ਵਾਇਰਲ ਕਰੋ ਤਾਂ ਕਿ ਲੋਕਾਂ 'ਚ ਅਵੇਅਰਨੈਸ ਆਵੇ। ਫਿਰ ਸਰਕਾਰ ਤੋਂ ਮੰਗ ਕਰਾਂਗੇ ਵੀ ਜਿਹੜਾ ਇਹ DPC ਹੈ, ਡਰੱਗ ਪ੍ਰਾਈਸ ਕੰਟਰੋਲ ਐਕਟ ਹੈ, ਇਹਨੂੰ ਚੇਂਜ ਕਰੋ। ਇਹਦੇ ਵਿੱਚ ਜਿਹੜੇ BJP ਵਾਲੇ ਲੀਡਰ ਨੇ, ਹੁਣ ਸਰਕਾਰ ਤਾਂ ਹੈਗੀ BJP ਦੀ, ਅਤੇ ਪੰਜਾਬ ਦੇ ਵਿੱਚ BJP ਸੁਪਨਾ ਵੇਖਦੀ ਹੈ ਮੈਂ CM ਬਣਾਉਣਾ ਆਪਣਾ, ਉਹਨੂੰ ਇੱਕ ਗੱਲ ਪੁੱਛੇ ਵੀ ਪਹਿਲਾਂ ਐਂ ਕਰ ਤੁਸੀਂ ਆਪਣੀ ਸਰਕਾਰ ਤੋਂ ਆਹੀ ਕੰਮ ਕਰਾ ਕੇ ਦਿਖਾ ਦਿਓ। BJP ਵਾਲੇ ਲੀਡਰਾਂ ਨੂੰ ਇਹ ਕਹੋ ਵੀ ਤੁਹਾਡਾ ਹੈਗਾ ਪ੍ਰਧਾਨ ਮੰਤਰੀ, ਤੁਹਾਡਾ ਹੈਗਾ ਸਿਹਤ ਮੰਤਰੀ, ਤੁਹਾਨੂੰ ਕਿਸੇ ਦੀ ਲੋੜ ਤੇ ਨਹੀਂ, ਜਾਓ। ਇਹ ਮੁੱਦਾ ਕਿਹੜਾ ਪੰਜਾਬ ਦਾ ਹੈ, ਇਹ ਮੁੱਦਾ ਪੂਰੇ ਦੇਸ਼ ਦਾ, ਭਾਰਤ ਦਾ, ਪੂਰੇ ਹਿੰਦੁਸਤਾਨ ਦਾ ਮੁੱਦਾ ਹੈ, ਭਾਰਤ ਦਾ ਮੁੱਦਾ ਹੈ। ਇਹਨੂੰ ਚੱਕ ਕੇ ਲਿਜਾਓ ਪ੍ਰਧਾਨ ਮੰਤਰੀ ਕੋਲੇ, ਉਹਨੂੰ ਜਾ ਕੇ ਕਹੋ ਵੀ ਭਾਈ ਤੂੰ ਤੇ ਇੱਕ ਆਰਡਰ ਹੀ ਜਾਰੀ ਕਰਨੇ ਨੇ, ਪ੍ਰਧਾਨ ਮੰਤਰੀ ਨੇ ਸਿਰਫ ਇੱਕ ਸਿਗਨੇਚਰ ਕਰਨੇ ਨੇ, ਅੱਜ ਤੋਂ ਬਾਅਦ ਜਿਹੜੀ ਦਵਾਈ ਹੈ ਉਹਦੇ 'ਤੇ 10% ਮੁਨਾਫੇ ਤੋਂ ਵੱਧ ਰੇਟ ਨਹੀਂ ਲੱਗ ਸਕਦਾ। ਜਦੋਂ ਨੋਟਬੰਦੀ 1 ਮਿੰਟ 'ਚ ਕਰਤੀ, ਸਾਰੇ ਚੱਕੇ ਜਾਮ ਕਰਾਤੇ, ਤਾਂ ਬਹੁਤ ਛੋਟਾ ਕੰਮ। 70 ਸਾਲ ਹੋ ਗਏ ਆਪਣੇ ਦੇਸ਼ ਦੀਆਂ ਸਰਕਾਰਾਂ ਤੋਂ, ਆਪਾਂ ਨੂੰ ਐਜੂਕੇਸ਼ਨ ਅਤੇ ਮੈਡੀਕਲ ਹੀ ਨਹੀਂ ਫ੍ਰੀ ਕੀਤਾ ਗਿਆ, ਹੋਰ ਕੀ ਕਰਨਗੇ? ਬਸ ਇਕੱਲੇ ਆਪਾਂ ਤਾਂ ਦੂਜੇ ਤੀਜੇ ਦਿਨ ਥਾਈ ਦਿਆਂ ਜੱਟਾਂ ਲਾਉਣ ਦੇ ਚਾਰ ਆ ਜਾਂ ਨਾਲੀਆਂ ਨਹੀਂ, ਉਹ ਸਾਡਾ ਮੁੱਦਾ ਹੈਗਾ? ਸਾਡਾ ਤਾਂ ਮੁੱਦਾ ਪੜ੍ਹਨਾ ਅੱਜ ਮੈਡੀਕਲ ਉੱਧਰ ਤਾਂ ਜਾ। ਹਾਂ ਇੱਕ ਬਾਈ ਤੁਹਾਨੂੰ ਹੋਰ ਬੇਨਤੀ ਆ, ਗੱਲਾਂ ਚੱਲਦੀਆਂ ਰਹਿਣਗੀਆਂ, ਇੱਕ ਬੇਨਤੀ ਕਰਦਾ ਬਾਈ ਤੁਹਾਡਾ ਆਪਦਾ ਪੇਜ ਬਾਰੇ ਸਾਰਾ ਦੱਸ ਦਿਓ। ਇੱਕ ਨਾ ਜੀ ਮੇਰੇ ਇੱਕ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਗੁਰੂ ਨਾਨਕ ਮੋਦੀ ਖਾਨੇ ਦੇ ਨਾਮ ਉੱਤੇ ਕਈ ਵੀਰ ਡਰੱਗ ਸਟੋਰ ਖੋਲ੍ਹਣਾ ਚਾਹੁੰਦੇ। ਸੋ ਪਹਿਲੀ ਗੱਲ ਇਹ ਵੀ ਅੱਜ ਜੇ ਸਾਡੀ ਕੋਈ ਪਹਿਚਾਣ ਹੈ ਤਾਂ ਉਹ ਗੁਰੂ ਨਾਨਕ ਮੋਦੀ ਖਾਨੇ ਕਰਕੇ ਹੈ, ਮੇਰੇ ਨਾਮ ਕਰਕੇ ਜਾਂ ਕਿਸੇ ਹੋਰ ਕੰਮ ਕਰਕੇ ਨਹੀਂ।
अज ज्योति वीर रंधावा वीर मेरे को खड़े है, ये गुरु नानक दे आशक है, मेरा भाईचारा होगा पर यह आशक गुरु नानक दे है, ता इत्थे पहुंचे है। सो एक दिन मैं तुहानू बेनती करा तुसी सानू मॉरल सपोर्ट कर दिओ फेसबुक राही, अज मैनू लोड़ है तुहाडी फिजिकल सपोर्ट की, मॉरल सपोर्ट कर दिओ ना, तुहाडी फिजिकल सपोर्ट की लोड़ है यार, इत्थे आओ आण के सेवा करो। हुण ते ना सेवा बंद कराती कोई पता नहीं, इदू बाद गांह मैं एक्शन करांगे, विचार असी की लैना किहड़े तरीके नाल दवाई कढाउणी है इहनां तों। ते लोग की कर रहे आ, गुरु नानक मोदी खाने दे नां ते पेज बना रहे आ, आइडिया बना रहे आ, यार बनाओ पर नैगेटिव काम ना होवे, क्योंकि हुण सोशल मीडिया ते बनी लहर नूं खत्म करन लई नकली ते फेक आइडिया बणदियां। जिम्मेवारी हैगी जे कोई अपने आप लिखूगा तो ओदियां 10 जमातां करावांगे पूरियां, ठीक है जी। सिख वैलफेयर काउंसल की जिम्मेवारी साडी सारियां दी है, कोई अपना नाम रख के गुरु नानक मोदी खाना चलावे तो ओहदा स्टिंग करन दी जिम्मेवारी संगत दी है, तुसीं स्टिंग करना भी ओह कर की रहा। तो जेडे वीर साडे नाम ते मान लो मेरे नाम ते या गुरु नानक मोदी खाने दे नाम ते बलजिंदर सिंह जिंदू दे नाम ते परसों एक पेज बनया, हजे तक तो वह सिर्फ ये है कि मेरिया लास्ट वीडियोज शेयर कर रहे हैं, उन्हें एक पेज के उत्ते 20,000 लाइक भी कर लिया, मैं पता नहीं वह कौन है। तो जे वह बंदा सच्चा होंदा तो पहला साडे नाल कंटैक्ट करता, सानू दसदा, साडी टीम का मैंबर बनता चला। पर जे बंदा कहे भी मैनू तो अज किसी पत्रकार ने दसिया पेज बना के लाइक लैके तो यार पैसे कमाए जाते हैं, साडा ये मिशन नहीं पाऊ भाई। तुम पेज बना लेने बलजिंदर सिंह भाई, पेज बना लिया, लिंक भी बाई का शेयर कर देंगे। हुण तुसी जिहड़ियां बाई दी 5,000 लिमिट आईडी दी पूरी होगी, बाई दा जिहड़ा रेन नाल पेज आ मैं भी शेयर कर दूं, बाई बने इहनू लाइक करो, फेक तो बचो। तो एक गल भाई थोनों होर कहना गा, मेरे वर्गे दा जिहड़ा मेडिकल हुंदा उह फेल होया हुंदा, अगला कहिंदा मोदी खाने लिख लईए, ऐ नहीं पता चिट्टी दियां गोलियां बेची जांदा होवे, इसलिए भाई बच के बाई नाल गल करो, फिर मोदी खाना खोलो। बाकी बाई थोड़े दिन च जां अज सवेर च इंटरव्यू करके दसूगा भी साढ़े की सिद्धांत आ, किवें खोलिया जाऊगा। तो बाकी बाई जदों हुण बाई ते आफत आऊगी कोई, उदू पंजाब सारा बाई दे नाल खड़ो, कल्लियां हुण थल्ले कमेंटां च ना लिखो गुड बाई चक दे तेरे नाल आ, परचा होए तो भज ना जायो, खड़ना आऊगा ना। इत्थे मसला परचे दा भी नहीं, इत्थे मैनूं प्रशासन दा इक अफसर फोन करके पता की कहिंदा, आंदा यार अपना ध्यान रखी, हुण इहदा की मतलब समझी, इहदा की मतलब समझी। उह हालांकि मेरा मित्र है, उह मैनूं फोन करके ये गल कहिंदा, आंदा यार अपना ध्यान रखी। असल दे विच इह कहां ते पुलिस प्रशासन माफिए तो डरदा है, इह सच है, सच है कि झूठ है? पुलिस प्रशासन माफिए का भाईवाल भी है तो उन्होंने डरदा भी है, तो सानू ये कहिंदा अपना ध्यान रखी। सो मैं ये कहिंदा भी ये बंदे किसी भी हद तक गिर सकते हैं, ये अपना माफिया राज चलाने लई ये दूषणबाजी करनगे, ब्लेम लाउणगे, साजिशां रचणगे, हमले कराउणगे, जिहड़े कहिंदे भी संघी नप्पणियां, ये संघी भी नप्प सकते हैं। पर भाई इस लहर नूं आपां चलाउणा है सहज दे नाल, और बड़ी सहनशीलता और बड़े सहज नाल चलाउणा, क्योंकि हर बंदा जिहड़ा ना कई बार गल करके ना एडी एनर्जी भरदा है भी चक दे काम नूं, कई बार साडे वर्गा भी गुस्से च आके गल करदा ते मैं नाल दे नूं कहिंदा हुंदा जदों मैं गुस्सा करा मेरी बाह फड़ लिया कर, कई बार जोश आ जांदा भी ये देखो अपने ते ना बड़े दोष लगदे आ भी जिहड़े पंजाब, एक गल होर है ਪੰਜਾਬੀ ਉਹ ਵਧਾਈ ਦੇ ਪਾਤਰ ਹੋ ਜਦੋਂ ਕਿਤੇ ਕ੍ਰਾਂਤੀ ਆਈ ਆ ਸ਼ੁਰੂਆਤ ਪੰਜਾਬੀਆਂ ਨੇ ਕੀਤੀ ਆ, ਇਹ ਤੁਹਾਡੇ ਸਿਰ ਸਿਹਰਾ ਬੰਨਿਆ ਜਾਣਾ ਹੈ। ਪੰਜਾਬ ਦੀ ਨੌਜਵਾਨੀ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਸਿਰ ਸਿਹਰਾ ਬੰਨਿਆ ਜਾਣਾ, ਤੁਸੀਂ ਮਾਣ ਨਾਲ ਕਹੋਗੇ ਬਾਬੇ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ, ਇਹ ਸਿਹਰਾ ਬਣਾਉਣਾ ਆਪਣੇ ਸਿਰ, ਪਰ ਉਹਦੇ ਲਈ ਬੜੇ ਦਿਮਾਗ ਨਾਲ ਸਹਿਜ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਪੈਣਾ। ਸੋ ਇੱਕ ਮੇਰੀ ਬੇਨਤੀ ਸੀ, ਪੇਜ ਅੱਜ ਮੇਰਾ ਲਾਈਵ ਚੱਲ ਰਿਹਾ ਤੇ ਉਹ ਪੇਜ ਨੂੰ ਤੁਸੀਂ ਲਾਈਕ ਕਰੋ ਤਾਂ ਕਿ ਕੱਲ੍ਹ ਨੂੰ ਮੰਨ ਲਓ ਮੀਡੀਆ ਜਿਹੜਾ ਨਾ ਹੈ ਸਾਡੇ ਭਰਾ ਨੇ ਪਰ ਉਹਨਾਂ ਦੀ ਮਜਬੂਰੀ ਹੈ, ਉਹ ਇੱਕ ਚੀਜ਼ ਨੂੰ ਉਦੋਂ ਤੱਕ ਕਵਰ ਕਰਦਾ ਹੈ ਜਦੋਂ ਤੱਕ ਦੂਜੀ ਚੀਜ਼ ਨਹੀਂ ਆ ਜਾਂਦੀ, ਜਦੋਂ ਕੋਈ ਨਵੀਂ ਖਬਰ ਆ ਜਾਂਦੀ ਨਾ ਪੁਰਾਣੀ ਖਬਰ ਧੁੰਦਲੀ ਹੋ ਜਾਂਦੀ ਹੈ। ਸੋ ਆਪਾਂ ਇਹਨੂੰ ਲੰਬੀ ਲੜਾਈ ਬਣਾ ਕੇ ਜਾਣਾ ਹੈ, ਹਰ ਮੀਡੀਆ ਦੇ ਵਿੱਚ ਗੱਲ ਕਰਨੀ ਹੈ, ਹਰ ਜਗ੍ਹਾ ਗੱਲ ਨੂੰ ਫੇਸ ਕਰਨਾ ਸਹਿਜ ਦੇ ਨਾਲ। ਜਿਹੜੇ ਵੀਰ ਦਵਾਈਆਂ ਦਾ ਕੰਮ ਕਰਦੇ ਆ ਉਹਨਾਂ 'ਤੇ ਮੇਰਾ ਇੱਕ ਸੁਨੇਹਾ ਹੈ, ਤੁਹਾਡੀ ਨੌਲੇਜ ਮੇਰੇ ਤੋਂ ਜ਼ਿਆਦਾ ਹੈ, ਤੁਹਾਨੂੰ ਇੱਕ ਬੇਨਤੀ ਕਰਾਂ ਮੇਰਾ ਸਾਥ ਦਿਓ ਯਾਰ, ਆਪਣੇ ਪੰਜਾਬ ਲਈ ਆਪਣੀ ਨੌਜਵਾਨੀ ਲਈ ਖੜੋ। ਹੁਣ ਕਈ ਜਗ੍ਹਾ 'ਤੇ ਮੇਰੇ ਕੋਲੋਂ ਸਾਲਟ ਪੁੱਛਿਆ ਜਾਂਦਾ, ਮੈਂ ਤਾਂ ਆਪ ਕਹਿੰਦਾ ਮੈਂ ਇਸ ਪ੍ਰੋਫੈਸ਼ਨ 'ਚੋਂ ਨਹੀਂ,
तो यार जे मैनू साल्ट नहीं पता जदों कोई मेरा भरा आ के पंजाब दा नाल बैठेगा ना वह मार के पट्टा दे थापी कहे भी आ जा मैं साल्ट दसदा तो दूजे बंदे दी लत्तां थल्लों जमीन निकल भाई यही तो वीडियो ब्रो च पै रही भी बाई नू की नॉलेज आ चलो सानू नहीं नॉलेज आ पर जिहड़ी 200 की चीज 2500 की बिकी जांदी उहदा नॉलेज आ यार उत्थे तां नहीं असीं इन्ने हैगे हिंदुस्तान कोई भी बंदा जो दवाई लैन जाऊगा पुछूगा भी जेनरिक किसी पता नहीं पता लग गई दूजी गल कोई भी काम करते हैं पंजे उंगले एक बराबर नहीं होंगे चंगे मेडिकल स्टोर वाले भी माड़े भी है जिहड़े चंगे आ जिन्हां ने थोड़ी दवाइयां दुकान दवाइयां दा पैकेज बंद किया उन्होंने कुछ चंगे भी होने उन्होंने साडे वालों अपील आ जी साडे भरावां वालों पंजाबियों वालों अपील आ जिहड़ियां नूं पता भी दर्द की आ लोकां दा वो बाई दा साथ देण ते इन्हां नूं दवाई अवेलेबल कराउण जे कोई गलबात इन्हां दी तुहानूं माड़ी लग गई आ भी इन्हां ने सारयां नूं कहता उन्हां दीआं चैनलां ते भी बैठ के कह चुके आ भी जे किसे दिल नूं कोई दुख लग्गिया तां मैं माफ़ी मंगदा पर लोग ना औखे हो जो लोग इतने 250-250 किलोमीटर पर आकर दवाइया लैन वास्ते लैंड च खड़े आ जो चंगे बंदे मेडिकल स्टोर लाइन वाले उन्होंने बेनती करते हैं बहुत चंगे करोना च कई ने चंगी सेवा की आ उन्होंने बेनती है भी आके गुरु नानक मोदी खाने का साथ देन जिंदू वीर का साथ देन ताकि जोड़े लोग इतने आ रहे हो कहीं खाली हाथ ना मुड़न जो बाबे नानक दर से आता कहीं खाली जाता नहीं गा तो इस करके थोड़े सहयोग की लड़ा सारे सहयोग की लड़ा एक मुहिम लंबी चलना जो कि बाई वालों कोई कॉल आए कोई गलबात आए मैं अज आया एज ए दोस्त हाँ पर अकाली दल वालों भी सारे लीडर ने भी आके इन्हों को कहा कितने इन्हों लोड़ आ असं इन वास्ते 24 घंटे हाजिर हाँ जो सेवाएं लाएंगे कितने लगेगा जिन्हें कोई परचे की गल होंगी कुछ भी आँगी कोई संघर्ष बढ़ना पेगा सारे चीज़ों के उपर उठ के असं इन्हें खड़े हाँ भाई यही गल कहना चाहते हैं भी बाई दे असं खड़े हाँ तो असं यार धक्का नहीं जरेंगे अज मसा साढ़े च जागरूकता आई है लोग ना टुट जाए बाकी बई तुम आदि गलां बातें हम जी कर सो मैं ये कहना भी नैगेटिविटी तो बचे जी जिहड़े बंदे सोशल मीडिया से झूठ बोलते टट के विरोध करो उन्होंने जिहड़ा बंदा कोई गुरु नानक मोदी खाने के बारे गलत बोलता तुसी छाती ठोक के कहो भी इमानदारी असी इस गल की गवाही भर जाए उत्थे इमानदारी है इत्थे जिहड़े भा दवाई आउंदी आ उसे भा दित्ती जांदी है जे फ्री आउंदी है तो फ्री दित्ती जांदी है फिर भी जे कोई मैं अपने मुंडिया नूं आप कहिंदा हुंदा जिन्हें इतने इंपलाई आ जिन्हें टीम मैंबर आ भी तगड़े रहा जे तुहाडा स्टिंग किसे दिन मैं करना है ये गल ठोक के कहना अज भी कहना अपने स्टाफ नूं भी टीम वालियां नूं भी जिद्दन डोल गए उधर मेरे को माफ़ी का कोई राह नहीं ये गुरु नानक का दारा इतने 13-13 तुरना 13.25 दे पौने 13 नहीं होना जिद्दन मैं डोल गया चौंक च खिलार के मेरे जुत्तियां मारिया जे मैं ये भी कहना हूँ सो मैं बार बार कहना जिहड़ा कोई सोशल मीडिया से गुरु नानक मोदी खाने बारे बोले उहदा डट के विरोध करो धो के जवाब दो ते जिहड़े फेक आइडिया वाले आ उन्हां नूं सवाल करिया करो भी तू किहड़े हक नाल आईडी बनाई ते इस गल ही लामबंद रहा जे आपां इह लड़ाई नूं बहुत तरीके नाल अगे तक लैके जाणा साडी लड़ाई किसे विशेष व्यक्ति नाल नहीं साडी लड़ाई किसे ड्रग कैमिस्ट वालियां नाल नहीं उहनां नाल है जिहड़े करप्शन करदे आ जिहड़ी करप्शन हो रही है जिहड़े लोग करा रहे आ इह तिन गल्लां ने करप्शन कराउण वाले करप्शन करन वाले ते करप्शन हो रही ये करप्शन रोकनी चाहुंदे आ असीं किसे बंदे दे खिलाफ़ नहीं मैनूं इक कहिंदे ड्रग स्टोर वाले भी असीं ते करदे नहीं तू साडे लई माड़ा बोलिया मैं कहा मैं माफ़ी मंग लैना तुहाडे कोलों कहिंदे साडा काम सफर करदा मैं कहा तू इउं कर तू कर चढ़ मंदिर ते चढ़ गुरद्वारे कह दे कि जिवें दुकान ते लिख के लाया कि मैं अज तों बाद नशा नहीं वेचांगा तू इन्नी गल ही लिख के ला दे भी मैं जैनरिक जैनरिक दे भाव वेचांगा एथिकल एथिकल दे भाव वेचांगा मैं दुकानदारी करांगा 10% मुनाफा लवांगा 10% मैं चोर बाजारी नहीं करांगा असी तेरी दुकान की प्रमोशन करांगे तेरी दुकान ते गाहक इत्थों संगत नूं गड्डी च बह के तेरी दुकान ते छड के आवांगे भी इस ड्रग स्टोर तो दवाई लो साडी लड़ाई किसे व्यक्ति नाल नहीं साडी लड़ाई ते करप्शन नाल है जिहड़ी ठगी इन्ने सालां तों चलदी आ रही है भी 10 रुपए वाली चीज़ यार 140 हनेर कर दी यार ते गरीब आदमी मैनू दसो तुहानू जेनरिक ते एथिकल दा कदों पता लगेगा मैनू पता नहीं सीगा पौणे जिहड़ा 250 दे आई लैंदागा ओह कित्थों लै लो इन्नी महंगी नहीं तुसीं दसो अज तक आपां किन्ने बंदे दुकानां ते गए दवाई लैण कदे किसे ने पुछिया आपां नूं छड्डो भी मेडिकल स्टोर वाले ने किसे पुछिया भी जेनरिक चाहिए एथिकल चाहिए इह तां गल बणा ली होणी इहनां ने तुसीं कदे दवाई लैण गए होवो 140 वाली चीज़ तुहानू किसे ने 40 च दित्ती कदे तुसीं देखी इन्नी उम्र हो गई तुहानू कदे किसे ने रात मैं अपने ब्रदर नाल बैठा सी हुण मेरे भी घरों आंदे उहने छड्ड यार कादे वास्ते आपां सेवा करनी है तूं माफ़ी मंग के ना मेरे घर दे आंदे मैं लाइव ते दसण डिया आंदे यार आपां सेवा करनी आपां किसे तों की लैणा तूं छड्ड कहिणा मैं कहा मैनूं इक गल दसो मैं कहा तुहाडीआं उमरां मेरे तों ज़्यादा ने मैं घरदिआं नूं कहा
मैं हाँ जिनी मेरा दवाई लैन गए जी 140 वाली चीज कहते 40 च खरीदी कहते चोर ने मैनू कह दे तो मैं मैनू क्यों रोकन दे जी मतलब जेड़ा बंदा सच्चा है उसके असं पैर फड़न तैयार हाँ मैं लाइव से पैर फड़ा लो यार माफिया मंग लेने यार जेड़े गलत ने तुम कदे उन्होंने गलत किया यार जो मैं कहता तो मेरे से परचे कराते हैं यार सो ये गल है भी आप इस लड़ाई इस अंजाम तक लैके जाना यह ना हो भी कोई मूवमेंट उठती है चार दिन लाला लाला कराती है तो खत्म हूँ इन्होंने ब्लेम पता की लाते हैं ये पॉलीटिशियन है ये पैसे इकट्ठे करता है इनू मेडिसन का पता कोई नहीं ये झूठ इन्हों का सारिया गल्ला मान लिया तुम दसो अज तक इस मुद्दे लिए की किया ਤੁਹਾਡੇ ਵੱਲੋਂ ਕਿਹੜੇ ਐਫਰਟ ਕਿਹੜੀ ਅਵੇਅਰਨੈਸ ਡਰਾਈਵ ਚਲਾਈ ਅੱਜ ਦੀ ਡੇਟ 'ਚ ਵੀਰ ਜੀ ਇਹ ਗੁਰੂ ਨਾਨਕ ਮੋਦੀ ਖਾਨਾ ਲੁਧਿਆਣੇ ਵਾਲਾ ਬੰਦ ਕਰਾ ਲੈਣ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਕਹਿੰਦਾ ਹਵਾਲਾਤ ਖੋਲ੍ਹਾਂ ਮੈਂ ਹੁਣੇ ਆਇਆ ਇਹਦੂ ਬਾਅਦ ਕੀ ਕਹਿ ਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਹੈ ਦੱਸੋ ਕਿਹੜੇ ਥਾਣੇ ਦਾ ਹਵਾਲਾਤ ਖੋਲ੍ਹੋ ਮੈਂ ਆਵਾਂ ਵੀ ਮੈਂ ਅੱਗੇ ਯਾਰ ਆਪਣੇ ਆਪ ਨੂੰ ਹਵਾਲਾਤ 'ਚ ਬੰਦ ਕਰਦਾ ਪਰ ਅੱਜ ਪੰਜਾਬ ਦੇ ਬੱਚੇ ਬੱਚੇ ਦੇ ਦਿਲ 'ਚ ਗੁਰੂ ਨਾਨਕ ਮੋਦੀ ਖਾਨਾ ਖੁੱਲ੍ਹ ਗਿਆ ਗੁਰੂ ਨਾਨਕ ਦਾ ਕਨਸੈਪਟ ਚੱਲ ਗਿਆ ਅੱਜ ਬੱਚਾ ਬੱਚਾ ਦੁਕਾਨ ਤੇ ਜਾ ਕੇ ਗੱਲ ਕਰੇਗਾ ਓਏ ਮੈਨੂੰ ਦੂਜੀ ਦਵਾਈ ਦੇ ਜਿਹੜੀ ਸਸਤੀ ਆਉਂਦੀ ਹੈ ਗੱਲ ਸਹੀ ਆ ਹਾਂ ਉਹਨੂੰ ਕੀ ਪਤਾ ਜਾਂਦੇ ਜਿਹੜਾ ਉਹ ਆਂਦਾ ਮਹਿੰਗੀ ਨਹੀਂ ਲੈਣੀ ਸਸਤੀ ਦੇ ਸਾਡੇ ਪਿੰਡਾਂ ਵਾਲੇ ਲੋਕ ਜਿਹੜੇ ਇੰਨੀ ਭਾਵਨਾ ਸੇਵਾ ਵਾਲੇ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਯਾਰ ਜਿਹੜੇ ਖੇਤਾਂ 'ਚ ਸਾਰੀ ਦਿਹਾੜੀ ਤੱਪਦੇ ਨੇ ਜਿਹੜੇ ਖੇਤਾਂ 'ਚ ਫਸਲਾਂ ਦੇ ਕੀ ਹਾਲ ਨੇ ਕਿੰਨੇ ਸਰਕਾਰੀ ਰੇਟ ਟੁੱਟ ਰਿਹਾ ਹੈਗਾ ਬੁਰੀ ਹਾਲਤ ਹੋ ਰਹੀ ਹੈ ਮੀਟਰ ਲਾ ਰਿਹਾ ਮੋਟਰਾਂ ਦੇ ਜਦੋਂ ਹੁਣ ਮੰਡੀ ਪ੍ਰਾਈਵੇਟ ਹੋ ਗਈ ਮੇਰੀ ਕਣਕਾਂ 'ਚ 1600 ਨੂੰ ਵਿਕਦੀ ਆ ਇਸ ਤੋਂ ਬਾਅਦ ਆਇਆ ਕਰੂ ਪ੍ਰਾਈਵੇਟ ਬਵਾਰੀ ਇਹਦਾ ਕਾਲਾ ਦਾਣਾ ਜੀ ਮੈਂ ਤਾਂ 200 ਨੂੰ ਲਊਗਾ ਸਾਰੇ ਪਾਸੇ ਹੀ ਮਾਰੇ ਗਏ ਆਪਾਂ ਜੇ ਸਾਡੇ ਜੇ ਸਾਡੀ ਕਿਸਾਨੀ ਸੌਖੀ ਹੁੰਦੀ ਤੇ ਕੋਈ ਆਤਮਦਾਹ ਕਰਦਾ ਉਹ ਤੇ ਆਤਮਦਾਹ ਕਰਦੇ ਕੋਈ ਯਾਰ ਤੁਸੀਂ ਲੁੱਟਦੇ ਜੇ ਪਿੰਡਾਂ ਵਾਲਿਆਂ ਨੂੰ ਕੀ ਪਤਾ ਜਨਰਿਕ ਕੀ ਹੈ ਤੇ ਐਥੀਕਲ ਕੀ ਹੈ 1800 ਵਾਲੀ ਮੱਕੀ 600 ਰੁਪਏ ਨੂੰ ਲਈ ਜਾਂਦੇ ਨੇ ਐਥੀ MSP ਉਹਦੀ ਦੇਖ ਲਓ 1850 ਰੁਪਈਆ ਤੇ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਵੀ ਲੋਕ ਸਾਰੇ ਲਿਖੀ ਜਾਂਦੇ ਵੀ ਸਾਡੇ ਨਾਲ ਐ ਹੋ ਰਿਹਾ ਤਾਂ ਕਹਿ ਰਹੇ ਵੋਟਾਂ ਵੇਲੇ ਕੀ ਕਰਦੇ ਉਦੋਂ ਕਿੱਧਰ ਪਾ ਜਾਂਦੇ ਵੋਟ ਨਹੀਂ ਤੂੰ ਸਮਝੋ ਬਾਹਰ ਆ ਗੱਲ ਹੁਣ ਇਹ ਲਹਿਰ ਚੱਲ ਗਈ ਨਾ ਹਾਂ ਆ ਮੇਰਾ ਵੀਰ ਅਕਾਲੀ ਦਲ ਤੋਂ ਖੜਾ ਮੈਂ ਇਹਨੂੰ ਪ੍ਰਭਜੋਤ ਸਿੰਘ ਦੇ ਨਾਮ ਤੋਂ ਜਾਣਦਾ ਅਕਾਲੀ ਦਲ ਤੋਂ ਨਹੀਂ ਜਾਣਦਾ ਇਹ ਭਰਾ ਇਹਨੂੰ ਮੈਂ ਰੰਧਾਵੇ ਕਰਕੇ ਜਾਣਦਾ ਹੁਣ ਮੈਂ ਇੱਕ ਗੱਲ ਦੱਸਾਂ ਅਸੀਂ ਸਾਰੇ ਪੰਜਾਬ ਦੇ ਪੁੱਤ ਆ ਸਾਡੇ ਲਈ ਪੰਜਾਬ ਪ੍ਰਾਇਓਰਿਟੀ ਆ ਪੋਲੀਟੀਕਲ ਪਾਰਟੀ ਨਹੀਂ ਹੈਗੀ ਅਸੀਂ ਇੱਕ ਗੱਲ ਕਹਿੰਦੇ ਆ ਅਸੀਂ ਕੰਮ ਕਰਨਾ ਇਸ ਲਹਿਰ ਨੂੰ 1.5 ਸਾਲ ਤੱਕ ਚਲਾਓ ਕੁਛ ਨਾ ਕਰੋ ਠੰਡੇ ਠੰਡੇ ਮਗਣ ਦਿਓ ਇਸ ਚੀਜ਼ ਨੂੰ 1.5 ਸਾਲ ਤੱਕ ਮਗਾਓ ਆਪੇ ਪੰਜਾਬ ਦੇ ਲੋਕ ਜਾਗਣਗੇ ਆਪੇ ਪੰਜਾਬ ਦੇ ਲੋਕ ਆਪਣਾ ਭਵਿੱਖ ਤੈਅ ਅਸੀਂ ਨਹੀਂ ਕਹਿਣਾ ਵੀ ਇਹਨੂੰ ਵੋਟ ਪਾਓ ਤੇ ਇਹਨੂੰ ਨਾ ਪਾਓ ਕਿਉਂਕਿ ਸਾਡਾ ਕੋਈ ਮੁੱਦਾ ਨਹੀਂ ਵੋਟ ਵਾਲਾ ਪਰ ਇਸ ਚੀਜ਼ ਨੂੰ ਮਗਦੇ ਰੱਖੋ ਭਾਈ ਸੋਸ਼ਲ ਮੀਡੀਆ ਤੇ ਲਹਿਰ ਚੱਲਦੀ ਹੈ ਪਿੱਛੇ ਜੇ ਬਾਈ ਮਿੰਟੂ ਗੁਰਸਰਵੀ ਵਰਗਿਆਂ ਨੇ ਚਲਾਈ ਸੀ ਲਹਿਰ ਉਹ ਕਿਹੜਾ ਕਾਲਾ ਹਫ਼ਤਾ ਮਨਾਇਆ ਸੀ ਉਹ ਕਿੰਨਾ ਚਿਰ ਚੱਲੀ ਹਫ਼ਤੇ ਹੀ ਚੱਲੀ ਇਹ ਲੋਕ ਭੱਜ ਜਾਂਦੇ ਬਹਿ ਖੜ ਜਾਂਦੇ ਖੜਦੇ ਨਹੀਂ ਜੇ ਖੜੇ ਰਹਿਣ ਜਿਵੇਂ ਉਹ ਕਹਿੰਦੇ ਹੁੰਦੇ ਵੀ ਕੋਲਿਆਂ ਦੀ ਧੂਈ ਮਗੀ ਜਾਵੇ ਆਖਰ ਨੂੰ ਤਾਂ ਅੱਗ ਬਣੂਗੀ ਖੜਦੇ ਨਹੀਂ ਆ ਹੁਣ ਤੁਸੀਂ ਦੇਖੋ ਅੱਛਾ ਮੰਨ ਲਓ ਤੁਹਾਡੀ ਲਹਿਰ ਚੱਲੀ ਜਾਂਦੀ ਹੈ ਜੇ ਮੰਨ ਲਓ ਹੋਰ ਕੋਈ ਮੁੱਦਾ ਆ ਗਿਆ ਫਿਰ ਉੱਧਰ ਨੂੰ ਭੱਜ ਲੈਣਗੇ ਇਹਨੂੰ ਸੱਟ ਜਾਣਗੇ ਐਂ ਗੱਲ ਅਤੇ ਇਸੇ ਕਰਕੇ ਯਾਰ ਸ਼ੋਰਟ ਮੈਂ ਕਹਿੰਦਾ ਨਾ ਵੀ ਬਹੁਤ ਸ਼ੋਰਟ ਟਾਈਮ ਦੇ ਲਈ ਤੁਸੀਂ ਆਪਣੇ ਯਾਦਾਂ ਰੱਖ ਦਿਓ ਇੱਦਾਂ ਨਹੀਂ ਯਾਰ ਇਹਨੂੰ ਯਾਦਦਾਸ਼ਤ ਨੂੰ ਤਕੜਿਆ ਕਰੋ ਕੋਈ ਵੀ ਸੰਘਰਸ਼ ਹੈ ਨਾ ਥੋੜ੍ਹੇ ਚਿਰ ਦਾ ਨਹੀਂ ਹੁੰਦਾ ਦੂਜੀ ਗੱਲ ਇਹ ਮੈਨੂੰ ਵੀ ਪਤਾ ਕੁਛ ਪਾਉਣ ਦੇ ਲਈ ਕੁਛ ਗਵਾਉਣਾ ਵੀ ਪੈਂਦਾ ਜੇ ਕੁਛ ਪਾਉਣਾ ਚਾਹੁੰਦੇ ਤਾਂ ਕੁਛ ਗਵਾਉਣਾ ਪੈਣਾ ਅਤੇ ਆਪਾਂ ਤਾਂ ਪਹਿਲਾਂ ਹੀ ਤਿਆਰ ਆ ਵੀ ਹਵਾਲਾਤ ਖੋਲ੍ਹੋ ਯਾਰ ਜਿਹੜੀ ਖੋਲ੍ਹਣੀ ਜੇ ਅੱਜ ਹੀ ਜਾ ਕੇ ਬੰਦ ਹੁੰਦੇ ਆ ਕੱਲ੍ਹ ਕਿਹਨੇ ਵੇਖਿਆ ਪਰ ਘੱਟੋ ਘੱਟ ਜੇ ਮੈਨੂੰ ਹਵਾਲਾਤ ਬੰਦ ਕਰਕੇ ਤੁਸੀਂ ਜਨਰਿਕ ਦਵਾਈ ਜਨਰਿਕ ਭਾਅ ਤੇ ਵੇਚਣ ਲਈ ਤਿਆਰ ਹੋ ਮੈਂ ਜੇਲ੍ਹ ਕੱਟਣ ਲਈ ਤਿਆਰ ਹਾਂ ਕਿਉਂ ਜੀ ਹਾਂ ਬਈ ਸਵਾਲ ਤੋਂ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੱਲ ਭਾਅ ਜੀ ਅਸੀਂ ਜੇਲ੍ਹ ਕੱਟ ਲੈਂਦੇ ਆ ਯਾਰ ਦੇਖ ਲਓ ਬਾਈ ਦੀ ਸੋਚ ਦੇਖ ਲਓ ਬਾਈ ਕਹਿੰਦਾ ਮੈਨੂੰ ਜੇਲ੍ਹ ਭੇਜੋ ਪੰਜਾਬ ਦੇ ਲੋਕ ਸੌਖੇ ਕਰ ਦਿਓ ਅੱਜ ਬਾਈ ਪੰਜਾਬ ਲਈ ਖੜਾ ਕਰ ਜਾ ਆਪਾਂ ਨੂੰ ਵੀ ਬਾਈ ਦੇ ਨਾਲ ਖੜਨਾ ਚਾਹੀਦਾ ਠੀਕ ਹੈ ਜੀ ਤਾਂ ਕਰਨੀ ਗੱਲਬਾਤ ਸਰ ਅਸੀਂ ਇੱਕ ਸੈਕਿੰਡ ਕਰਨੀ ਗੱਲਬਾਤ ਸੋ ਮੈਂ ਧੰਨਵਾਦ ਕਰਦਾ ਜੀ ਪੇਜ ਦੀ ਆਈਡੀ ਜਿਹੜੀ ਆ ਉਹ ਕੀ ਆ ਦੱਸ ਦੇ ਇਹ ਬਲਜਿੰਦਰ ਸਿੰਘ ਜਿੰਦੂ ਦਾ ਜਿਹੜਾ ਰੀਅਲ ਪੇਜ ਬਣ ਚੁੱਕਾ ਤੁਸੀਂ ਦੱਸ ਦਿਓ ਵੀ ਇਹਦੇ ਕਿਹੜੀ ਲਾਈ ਆ ਪ੍ਰੋਫਾਈਲ ਪ੍ਰੋਫਾਈਲ ਫੋਟੋ ਤੁਹਾਡੀ ਜਿਹੜੀ ਆ ਸਕਿਨ ਪੱਗ ਵਾਲੀ ਜਿਹੜੀ ਤੁਹਾਡੀ ਆਈਡੀ ਤੇ ਲੱਗੀ ਹੋਈ ਆ ਸੇਮ ਉਹੀ ਜਿਹੜੀ ਆ ਪੇਜ ਤੇ ਇਹਦੀ ਕੋਈ ਆਈਡੈਂਟੀਫਿਕੇਸ਼ਨ ਵੱਖਰੀ ਨਹੀਂ ਕਰ ਸਕਦਾ ਇਹਦੀ ਤੁਸੀਂ ਫੇਸਬੁੱਕ ਤੋਂ ਅਸੀਂ ਆਈਡੈਂਟੀਟੀ ਕਿੰਨੇ ਲੈਗਾ ਬਈ ਹੁਣ ਪੇਜ ਨੂੰ ਬਲੂ ਟਿਕ ਹਜੇ ਤਾਂ ਕੱਲ ਰਾਤ ਬਲਜਿੰਦਰ ਸਿੰਘ ਜਿੰਦੂ ਦਾ ਜਿਹੜੀ ਆਈਡੀ ਆ ਨਾ ਉਹ ਤੋਂ ਆਪਾਂ ਸ਼ੇਅਰ ਕਰ ਦਿੰਦੇ ਆ ਪੇਜ ਬਿਲਕੁਲ ਬਿਲਕੁਲ ਉਹਦਾ ਤੋਂ ਸਾਰੇ ਬਲਜਿੰਦਰ ਸਿੰਘ ਜਿੰਦੂ ਜੀ ਦੀ ਆਈਡੀ ਤੋਂ ਬਲਜਿੰਦਰ ਸਿੰਘ ਜਿੰਦੂ ਪੇਜ ਸ਼ੇਅਰ ਕਰ ਦਿੰਦੇ ਆ ਕਿ ਇਹ ਸਾਡਾ ਅਫੀਸ਼ੀਅਲ ਪੇਜ ਹੈ ਤੇ ਫੇਸਬੁੱਕ ਨਾਲ ਗੱਲ ਕਰਕੇ ਅਸੀਂ ਬਾਈ ਜੀ ਦੀ ਆਈਡੈਂਟੀਟੀ ਦੇ ਕੇ ਬਲੂ ਟਿਕ ਜਲਦੀ ਹੀ ਪੇਜ ਦੇ ਉੱਤੇ ਲਗਵਾ ਲਾਂਗੇ ਜਿਹਦੇ ਤੇ ਬਲੂ ਟਿਕ ਆ ਜਾਊਗਾ ਉਹ ਰੀਅਲ ਪੇਜ ਆ ਬਾਕੀ ਕੋਈ ਬਣਾਈ ਜਾਵੇ ਫੇਕ ਸਾਨੂੰ ਸਾਡੀ ਕੋਈ ਗਰੰਟੀ ਨਹੀਂ ਉਹਦੇ ਤੇ ਨਹੀਂ ਮੈਂ ਨਾ ਜਿਹੜੇ ਵੀਰ ਅੱਜ ਪ੍ਰਚਾਰ ਕਰ ਰਹੇ ਆ ਮੈਂ ਫਿਰ ਕਹਿੰਦਾ ਮੇਰਾ ਕਿਸੇ ਨਾਲ ਕੋਈ ਲਾਜਦਾਰ ਨਹੀਂ ਪਰ ਵੀਰ ਇਹ ਨਾ ਹੋਵੇ ਕਿ ਤੁਸੀਂ ਨਾ ਵਰਤ ਕੇ ਗਲਤ ਕੰਮ ਕਰੋ ਯਾਰ ਦੇਖੋ ਸਾਨੂੰ ਛੱਡੋ
ਸਾਨੂੰ ਕੋਈ ਮਾੜਾ ਕਹਿ ਦੇ ਮੈਨੂੰ ਲੱਖ ਕਹਿੰਦੇ ਪਰਵਾਹ ਨਹੀਂ ਯਾਰ ਜੇ ਲਹਿਰ ਮਰ ਗਈ ਨਾ ਪੰਜਾਬ ਫਿਰ ਮਰ ਜੂਗੀ ਇੱਕ ਸਾਡੀਆਂ ਪੋਸਟਾਂ ਪਾਉਣ ਨਾਲ ਸਾਰੇ ਜਣੇ ਆਪ ਪੋਸਟ ਪਾਓ ਇੱਕ ਮੁਹਿੰਮ ਚਲਾਈਏ ਆਪਾਂ ਪੂਰੇ ਪੰਜਾਬ ਦੇ ਵਿੱਚ ਅੱਜ ਦੀ ਇੱਕ ਪੋਸਟ ਵੀਰ ਜੀ ਅਸੀਂ ਨਵਾਂ ਸ਼ਹਿਰ ਤੋਂ ਆਏ ਤੁਹਾਨੂੰ ਸਪੈਸ਼ਲ ਮਿਲਣ ਜੀ ਇਸੇ ਕੰਮ ਨੂੰ ਆਏ ਜੀ ਤੇ ਇੱਕ ਬਾਈ ਜੀ ਹੋਰ ਬੇਨਤੀ ਆ ਵੀ ਉਹੀ ਨਾ ਹੁਣ ਕਹੀ ਹੋ ਵੀ ਬਾਈ ਦੀਆਂ ਉਹਦੇ ਨਾਲ ਫੁੱਟ ਮਾ ਉਹ ਪਾਰਟੀ ਨਾਲ ਇਹ ਕੰਮ ਛੱਡ ਦਿਓ ਜੇ ਕੋਈ ਚੰਗਾ ਕੰਮ ਕਰਦਾ ਉਹਦੇ ਨਾਲ ਖੜ ਜਾ ਕਰੋ ਐਵੇਂ ਹੀ ਲੱਤਾਂ ਨਾ ਖਿੱਚੀ ਜਾਇਆ ਕਰੋ ਇਹਦਾ ਜਵਾਬ ਨਾ ਇਹਦਾ ਜਵਾਬ ਬਹੁਤ ਵਧੀਆ ਮੰਨੇ ਵੀਰ ਨੇ ਨਾ ਬਹੁਤ ਵਧੀਆ ਜਵਾਬ ਦਿੱਤਾ ਉਹਨੂੰ ਸਵਾਲ ਕੀਤਾ ਜੀ ਇਹਦੀ ਸੁਖਬੀਰ ਸਿੰਘ ਬਾਦਲ ਨਾਲ ਫੋਟੋ ਕਹਿੰਦਾ ਫਿਰ ਕੀ ਹੋਗਾ ਸੁਖਬੀਰ ਸਿੰਘ ਬਾਦਲ ਨਾਲ ਫੋਟੋ ਕੋਈ ਡਾਕੂ ਮੰਗਲ ਸਿੰਘ ਹੀ ਆ ਯਾਰ ਪੰਜਾਬ ਦਾ ਉਪ ਮੁੱਖ ਮੰਤਰੀ ਸਾਡਾ ਫਰਜ਼ ਬਣਦਾ ਵੀ ਤਾਂ ਦੋਨਾਂ ਨੂੰ ਜੇ ਸਾਨੂੰ ਤੁਹਾਨੂੰ ਐਥਨਿਕ ਤੇ ਜਿਹੜਾ ਉਲਝਾਇਆ ਜਾ ਰਿਹਾ ਨਾ ਅਸੀਂ ਉਹ ਮੁੱਦਾ ਚੱਕਣਾ ਕਿਉਂਕਿ ਜਨੈਰਿਕ ਤੇ ਐਥੀਕਲ ਪਹਿਲੀ ਗੱਲ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜੀ ਐਥੀਕਲ ਦਵਾਈ ਹੁੰਦੀ ਹੈ ਜਿਵੇਂ 10 ਸਾਲ ਬਾਅਦ ਉੱਥੇ ਆ ਜਾਂਦੀ ਹੈ ਤਾਂ ਮੈਂ ਲੁਧਿਆਣਾ ਪੋਸਟ ਮੇਰਾ ਚੈਨਲ ਹੈਗਾ ਭਾਜੀ ਤੇ ਉਹ ਗੱਲਾਂ ਮੈਂ ਕਰਾਂਗਾ ਤੁਹਾਨੂੰ ਸਵਾਲ ਪੁੱਛ ਕੇ ਹੀ ਦੁਨੀਆ ਦੇ ਸਾਰਾ ਕੁਝ ਕਲੀਅਰ ਹੋ ਜਾਏਗਾ ਭਾਈ ਇੱਧਰ ਮੈਂ ਤੁਹਾਡਾ 10 ਮਿੰਟ ਦਾ ਹਾਂ ਫਤਿਹ ਬੁਲਾ ਦੇ ਸੋ ਮੈਂ ਧੰਨਵਾਦੀ ਆ ਵੀਰ ਰੰਧਾਵੇ ਦਾ ਵੀਰ ਸਾਹਿਬ ਨੂੰ ਧਾਲੀਵਾਲ ਦਾ ਧੰਨਵਾਦ ਜੀ ਮੇਰਾ ਨਹੀਂ ਹੋਣਾ ਔਰ ਮੈਂ ਸ਼ੁਕਰ ਮਨਾਉਣਾ ਗੁਰੂ ਰਾਮਦਾਸ ਪਾਤਸ਼ਾਹ ਦਾ ਜੀ ਨੇ ਇਹ ਦਿਨ ਦਿਖਾਇਆ ਕਿ ਅਸੀਂ ਸਾਰੇ ਭਰਾ ਇਕੱਠੇ ਆ ਤਕੜੇ ਹੋ ਜਾਓ ਪੰਜਾਬੀਓ ਗੁਰੂ ਰਾਮਦਾਸ ਕਿਰਪਾ ਕਰੇ ਇਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਾ ਸਾਡਾ ਫਰਜ਼ ਬਣਦਾ ਕਿ ਅਜਿਹਾ ਮੋਦੀਖਾਨਾ ਅਸੀਂ ਪੰਜਾਬ ਦੀ ਗਲੀ ਗਲੀ ਵਿੱਚ ਖੁਲਵਾਈਏ ਅਤੇ ਅਜਿਹੀਆਂ ਤਾਕਤਾਂ ਜੋ ਚਾਹੁੰਦੀਆਂ ਨੇ ਕਿ ਮੋਦੀਖਾਨਾ ਬੰਦ ਹੋਵੇ ਉਹਨਾਂ ਨੂੰ ਅਸਲ ਸ਼ੀਸ਼ਾ ਵਿਖਾਈਏ ਕਿ ਸੰਗਤ ਕੀ ਕੁਝ ਕਰ ਸਕਦੀ ਹੈ ਤੇ ਅੰਤ ਤੱਕ ਇੱਕੋ ਹੀ ਬੇਨਤੀ ਕਰਨਾ ਚਾਹਾਂਗੇ ਕਿ ਆਗਾਮੀ 2022 ਦੀਆਂ ਚੋਣਾਂ ਵਿੱਚ ਆਪਣੀ ਵੋਟ ਭੁਗਤਾਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਜ਼ਰੂਰ ਮਾਰ ਲੈਣਾ ਕਿ ਕਿਤੇ ਅਸੀਂ ਫਿਰ ਤੋਂ ਉਹੀ ਗਲਤੀਆਂ ਨਹੀਂ ਦੁਹਰਾ ਰਹੇ ਜੋ ਬੀਤੇ ਕਈ ਦਹਾਕਿਆਂ ਤੋਂ ਦੁਹਰਾਈ ਜਾ ਰਹੀ ਹੈ ਕਿਤੇ ਅਸੀਂ ਆਪਣੀ ਵੋਟ ਮੁੜ ਅਕਾਲੀ ਭਾਜਪਾ ਜਾਂ ਕਾਂਗਰਸ ਦੇ ਹੱਕ ਵਿੱਚ ਤਾਂ ਨਹੀਂ ਭੁਗਤਾ ਰਹੇ ਜੇਕਰ ਤੁਸੀਂ ਦਿਲੋਂ ਪੰਜਾਬ ਦੀ ਨੁਹਾਰ ਬਦਲਣਾ ਚਾਹੁੰਦੇ ਹੋ ਤਾਂ ਸਾਡਾ ਫਰਜ਼ ਬਣਦਾ ਹੈ ਕਿਸੇ ਵੀ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਈਏ ਤਾਂ ਜੋ ਪੰਜਾਬ ਦੀ ਆਵਾਮ ਦਾ ਖੂਨ ਚੂਸਣਾ ਬੰਦ ਕੀਤਾ ਜਾ ਸਕੇ ਇਹਨਾਂ ਸਿਆਸੀ ਧਿਰਾਂ ਵੱਲੋਂ ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ ਆਪਣੇ ਵਿਚਾਰਾਂ 'ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ 'ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।